ਤਿੰਨ ਚੋਰਾਂ ਦੇ ਕਰਤੂਤ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜਿੱਥੇ ਇਹਨਾਂ ਚੋਰਾਂ ਦੇ ਵੱਲੋਂ ਕਈ ਘੰਟਿਆਂ ਤੱਕ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ਼ਟਰ ਤੋੜਦੇ ਤੋੜਦੇ ਇਸ ਕਦਰ ਹਫ ਜਾਂਦੇ ਨੇ ਇਹ ਚੋਰ ਕਿ ਸਾਹ ਲੈ ਕੇ ਰੁਕ ਰੁਕ ਕੇ ਫਿਰ ਇਹਨਾਂ ਦੇ ਵੱਲੋਂ ਸ਼ਟਰ ਤੋੜਿਆ ਗਿਆ ਤੇ ਜਿਵੇਂ ਹੀ ਸ਼ਟਰ ਟੁੱਟਿਆ ਤਾਂ ਡੇਰੀ ਦੇ ਅੰਦਰੋਂ ਸਭ ਤੋਂ ਪਹਿਲਾਂ ਇਹਨਾਂ ਨੇ ਦੇਸੀ ਘਿਓ ਦੇ ਪੀਪੇ ਚੁੱਕੇ, ਮੱਖਣ ਤੇ ਨਮਕੀਨ ਲੈ ਕੇ ਫਰਾਰ ਹੋ ਗਏ। ਦਰਅਸਲ ਇਹ ਤਸਵੀਰਾਂ ਨਾਭੇ ਦੀਆਂ ਨੇ ਤੇ ਨਾਭਾ ਦੇ ਵਿੱਚ ਹੀ ਇੱਕ ਡੇਰੀ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੈ ਜਿੱਥੇ ਰਾਤ ਵੇਲੇ ਇਹ ਤਿੰਨ ਚੋਰ ਇੱਥੇ ਆਉਂਦੇ ਨੇ। ਪਹਿਲਾਂ ਤਾਂ ਦੋ ਚੋਰਾਂ ਦੇ ਵੱਲੋਂ ਇਸ ਸ਼ਟਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਹੱਥਾਂ ਨਾਲ ਖਿੱਚਦੇ ਨੇ ਪਰ ਸ਼ਟਰ ਨਹੀਂ ਖਿੱਚਿਆ ਜਾਂਦਾ। ਜਦੋਂ ਕਿਸੇ ਰੋਡ ਦੇ ਨਾਲ ਸ਼ਟਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਦੇ ਵਿੱਚ ਵੀ ਨਾਕਾਮ ਰਹਿੰਦੇ ਨੇ। ਇਸ ਦੇ ਵਿਚਾਲ ਇਹਨਾਂ ਦਾ ਤੀਜਾ ਸਾਥੀ ਜੋ ਬਾਈਕ ਲੈ ਕੇ ਖੜਾ ਸੀ ਉਹ ਵੀ ਬਾਈਕ ਰੇੜ ਕੇ ਸਾਈਡ ਤੇ ਖੜਾ ਕਰ ਦਿੰਦਾ ਹੈ ਤੇ ਇਹਨਾਂ ਦੀ ਮਦਦ ਕਰਨ ਲਈ ਆ ਜਾਂਦਾ ਹੈ। ਤੁਸੀਂ ਤਸਵੀਰਾਂ 'ਚ ਦੇਖੋ ਕਿ ਚੋਰਾਂ ਦੇ ਵੱਲੋਂ ਕਿੰਨਾ ਜ਼ੋਰ ਲਗਾਇਆ ਜਾ ਰਿਹਾ ਹੈ, ਹਫ ਗਏ ਨੇ ਪਰ ਸ਼ਟਰ ਤੋੜਨ ਤੋਂ ਬਾਜ਼ ਨਹੀਂ ਆਏ ਨੇ। ਜਦ ਤੱਕ ਸ਼ਟਰ ਟੁੱਟਿਆ ਨਹੀਂ ਚੋਰ ਲੱਗੇ ਰਹੇ ਨੇ ਇਸ ਸ਼ਟਰ ਨੂੰ ਤੋੜਨ ਦੇ ਵਿੱਚ, ਕਦੀ ਰੋਡ ਦੇ ਨਾਲ ਤੇ ਕਦੀ ਹੱਥਾਂ ਦੇ ਨਾਲ ਖਿੱਚ ਖਿੱਚ ਕੇ ਇਸ ਸ਼ਟਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਲਾ ਵੀ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਵੀ ਨਹੀਂ ਟੁੱਟਦਾ ਤੇ ਜਦੋਂ ਸ਼ਟਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਤਾਂ ਦੋਵੇਂ ਪਾਸਿਆਂ ਤੋਂ ਹੀ ਰੋਡ ਦੇ ਨਾਲ ਸ਼ਟਰ ਨੂੰ ਭੰਨਦੇ ਨੇ, ਫਿਰ ਵਾਰੀ ਵਾਰੀ ਕਰਕੇ ਜ਼ੋਰ ਲਗਾਉਂਦੇ ਨੇ। ਤਿੰਨੋਂ ਇਕੱਠੇ ਵੀ ਇੱਕੋ ਵਾਰ 'ਚ ਜ਼ੋਰ ਲਗਾਉਂਦੇ ਨੇ ਪਰ ਸ਼ਟਰ ਨਹੀਂ ਖੁੱਲ੍ਹਦਾ। ਕਈ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਹਨਾਂ ਦੇ ਵੱਲੋਂ ਸ਼ਟਰ ਤੋੜਿਆ ਜਾਂਦਾ ਹੈ ਤੇ ਫਿਰ ਡੇਰੀ ਦੇ ਅੰਦਰ ਦਾਖਲ ਹੋ ਕੇ ਇੱਕ ਇੱਕ ਚੀਜ਼ ਫਰੋਲੀ ਜਾਂਦੀ ਹੈ, ਦੇਸੀ ਘਿਓ ਚੁੱਕ ਲਿਆ ਜਾਂਦਾ ਹੈ। ਡੇਰੀ ਮਾਲਕ ਦਾ ਦੱਸਣਾ ਹੈ ਕਿ 25 ਕਿਲੋ ਦੇਸੀ ਘਿਓ ਇਹ ਚੋਰ ਚੁੱਕ ਕੇ ਲੈ ਗਏ ਨੇ ਤੇ ਨਾਲ ਜਿਹੜਾ ਮਹਿੰਗਾ ਮੱਖਣ ਸੀ ਅਮੁਲ ਦਾ ਉਹ ਲੈ ਗਏ ਨੇ, ਦੂਸਰਾ ਵਾਲਾ ਛੱਡ ਗਏ ਨੇ ਤੇ ਨਾਲ ਹੀ ਨਮਕੀਨ ਦੇ ਪੈਕਟ ਵੀ ਚੁੱਕ ਕੇ ਲੈ ਗਏ ਨੇ। ਡੇਰੀ ਮਾਲਕ ਦਾ ਕਹਿਣਾ ਹੈ ਕਿ ਉਹਦਾ ਕੀਮਤੀ ਸਮਾਨ ਜੋ ਵੀ ਸੀ ਉੱਥੋਂ ਡੇਰੀ ਦੇ ਵਿੱਚੋਂ ਚੋਰ ਗਾਇਬ ਕਰਕੇ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਚੋਰਾਂ ਦੀ ਸਾਰੀ ਕਰਤੂਤ ਕੈਦ ਹੋਈ ਹੈ, ਜਿੱਥੇ ਨਜ਼ਰ ਆਇਆ ਹੈ ਕਿ ਤਿੰਨ ਚੋਰ ਪਹਿਲਾਂ ਤਾਂ ਵਾਰੀ ਵਾਰੀ ਕਰਕੇ ਸ਼ਟਰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਨਹੀਂ ਟੁੱਟਦਾ ਤਾਂ ਤਿੰਨੋਂ ਇਕੱਠੇ ਕਾਫੀ ਦੇਰ ਤੱਕ ਜੱਦੋ ਜਹਿਦ ਕਰਦੇ ਰਹਿੰਦੇ ਨੇ। ਪਰ ਇਸ ਵਿਚਾਲੇ ਇਹ ਚੋਰ ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਸਾਥੀ ਕਰਕੇ ਸੜਕ ਤੇ ਵੀ ਨਜ਼ਰ ਰੱਖਦਾ ਹੈ, ਕਿਉਂਕਿ ਸ਼ਟਰ ਤੋੜਨ ਦੇ ਵਿੱਚ ਸਮਾਂ ਲੱਗ ਰਿਹਾ ਸੀ ਤਾਂ ਚੋਰਾਂ ਦੇ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਸੀ ਕਿ ਕੋਈ ਉਸ ਸੜਕ ਤੋਂ ਗੁਜ਼ਰਦਾ ਨਾ ਹੋਏ। ਇਸ ਦੇ ਵਿਚਾਲ ਇਹਨਾਂ ਤਿੰਨਾਂ ਚੋਰਾਂ ਦੇ ਵੱਲੋਂ ਸ਼ਟਰ ਨੂੰ ਰੁਕ ਰੁਕ ਕੇ ਤੋੜਿਆ ਗਿਆ, ਕਿਉਂਕਿ ਜਿਸ ਕਦਰ ਇਸ ਸ਼ਟਰ ਨੂੰ ਤੋੜਨ ਦੇ ਵਿੱਚ ਇਹਨਾਂ ਚੋਰਾਂ ਦਾ ਜ਼ੋਰ ਲੱਗਿਆ ਹੈ ਤਾਂ ਉਹ ਤਸਵੀਰਾਂ ਦੇ ਵਿੱਚ ਬਾਖੂਬੀ ਬਿਆਨ ਹੋ ਰਿਹਾ ਹੈ। ਹਫ ਗਏ ਚੋਰ ਪਰ ਹਾਰ ਨਹੀਂ ਮੰਨੀ ਤੇ ਸ਼ਟਰ ਤੋੜ ਕੇ ਦੇਸੀ ਘਿਓ ਮੱਖਣ ਤੇ ਨਮਕੀਨ ਲੈ ਕੇ ਰਫੂ ਚੱਕਰ ਹੋ ਗਏ। ਡੇਰੀ ਮਾਲਕ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਚੋਰੀ ਹੋਈ ਸੀ ਤੇ ਉਦੋਂ ਵੀ ਚੋਰ ਫੜੇ ਨਹੀਂ ਗਏ ਤੇ ਹੁਣ ਵੀ ਇਹ ਕਿਹਾ ਜਾ ਰਿਹਾ ਕਿ ਚੋਰ ਫੜ ਲਏ ਜਾਣਗੇ ਪਰ ਹਾਲੇ ਤੱਕ ਇਹਨਾਂ ਚੋਰਾਂ ਦਾ ਕੋਈ ਅਤਾ ਪਤਾ ਨਹੀਂ ਹੈ। ਇੱਥੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਵੀ ਚੋਰ ਹੱਥ ਲੱਗੇ ਤਾਂ ਇਹਨਾਂ ਨੂੰ ਖੂਬ ਸਬਕ ਸਿਖਾਇਆ ਜਾਏਗਾ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏਗੀ। ਕੀ ਨੁਕਸਾਨ ਹੋਇਆ ਤੁਹਾਨੂੰ? ਕਿੰਨਾ ਸੀਗਾ? 20-25 ਕਿਲੋ ਸੀ। ਹੋਰ ਕੀ ਕੀ ਲੈ ਗਏ ਚੱਕ ਕੇ? ਇੱਕ ਆਪਣਾ ਮੱਖਣ ਲੈ ਗਏ, ਮੂਲ ਜਿਹੜਾ ਮਹਿੰਗਾ ਦੂਜਾ ਛੱਡ ਗਏ। ਸ਼ਟਰ ਤੋੜੇ ਗਏ ਆ? ਹਾਂਜੀ। ਪਹਿਲਾਂ ਵੀ ਜਿਹੜਾ ਤੁਹਾਡਾ ਦੱਸਿਆ ਜਾ ਡੈਰੀ ਤੇ ਚੋਰੀ ਹੋਈ ਹੈ 14 ਦਿਨ ਪਹਿਲਾਂ? ਉਹ 14 ਤਰੀਕ ਨੂੰ ਉੱਧਰ ਹੋਈ ਹੈ ਜੀ। ਹਾਂ। 22 ਤਰੀਕ ਨੂੰ ਇੱਧਰ ਬਾਜੀਗਰ ਬਸਤੀ 'ਚ ਹੋਈ ਹੈ ਜੀ। ਹਾਂ। ਰਾਤ ਦਾ ਡੇਰੀ ਹੈ। ਹਾਂ। ਦੋ ਡੇਰੀ ਨੇ, ਇੱਕ ਛੋਟੇ ਭਾਈ ਦੀ ਉੱਧਰ, ਇੱਕ ਮੇਰੀ ਇੱਧਰ। ਹਾਂਜੀ। ਤੁਹਾਡੇ ਸੀਸੀਟੀਵੀ ਕੈਮਰੇ ਅੱਗੇ ਕੁਝ ਆਇਆ ਉਹ 'ਚ ਚੋਰੀ ਕਰਦੇ? ਮਾਲਕ ਦੇ ਕੈਮਰੇ ਲੱਗੇ ਨੇ, ਮੇਰੇ ਕੋਲ ਦੁਕਾਨ ਕਰਾਈ ਤੇ। ਅੱਛਾ ਜੀ।
ਕਿੰਨੇ ਚੋਰ ਸੀਗੇ? ਕਿੰਨੀ ਤਿੰਨ ਚੋਰ ਆ ਸਰ। ਅੱਛਾ, ਤੁਹਾਡਾ ਕੀਮਤੀ ਸਮਾਨ ਚੱਕ ਕੇ ਲੈ ਗਏ? ਜਿੰਨਾ ਮਹਿੰਗਾ ਸਮਾਨ ਸੀਗਾ ਨਮਕੀਨ ਲੈ ਗਏ, ਜਿਹੜਾ ਅੱਧਾ ਅੱਧਾ ਕਿਲੋ ਵਾਲੇ, ਕਿਲੋ ਵਾਲੇ ਪੈਕਟ ਹੁੰਦੇ ਨੇ ਪਕੌੜੀਆਂ ਵਗੈਰਾ ਵਿੱਚ, ਮਹਿੰਗਾ ਨਮਕੀਨ ਸਾਰਾ ਲੈ ਗਏ। ਅਮੂਲ ਦਾ ਮੱਖਣ ਲੈ ਗਏ, ਅਮੂਲ ਦਾ ਮੱਖਣ ਲੈ ਗਏ, ਘਿਓ ਲੈ ਗਏ। ਦੁਸ਼ਮਣੀ ਕੱਢਣੀ ਸਿੱਧੀ ਕੱਢੇ ਜੀ, ਆਹ ਚੋਰੀਆਂ ਕਰਕੇ ਤਾਂ ਅਸੀਂ ਬਹੁਤ ਦੁਖੀ ਜੀ, ਜਿਹੜਾ ਨੇ ਚੋਰੀਆਂ ਕੀਤੀਆਂ ਨਾ। ਪੁਲਿਸ ਆਈ ਸੀਗੀ ਮੌਕਾ, ਪੁਲਿਸ ਆਈ ਸੀ ਮੌਕਾ ਦੇਖ ਕੇ ਚਲੀ ਗਈ, ਪੁਲਿਸ ਆਈ ਮੌਕਾ ਦੇਖ ਕੇ ਚਲੇ ਗਈ, ਕੁਛ ਬਾਹਰ ਖੜੇ ਨੇ। ਕੀ ਕਹਿੰਦੇ ਉਹ? ਦੇਖ ਕੇ ਫੋਟੋ ਲੈ ਕੇ ਵੀਡੀਓ ਜੀ ਕਹਿੰਦੇ ਜੀ ਜਾਈਏ ਅਸੀਂ, ਕੋਈ ਕਾਰਵਾਈ ਨਹੀਂ ਜੀ। ਅਸੀਂ ਪਰਸੋਂ ਚੌਥੀ ਉੱਧਰ ਜਿਹੜੀ ਪਿੱਛੇ 14 ਤਰੀਕ ਨੂੰ ਕਾਰ ਉੱਧਰ ਹੋਈ ਹੈ ਡਾਇਰੀ ਤੋਂ, ਉਹਦੀ ਅਸੀਂ DSP ਤੋਂ ਵੀ ਫੋਨ ਕਰਾਤਾ ਜੀ, SHO ਤੋਂ ਵੀ ਕਰਾਤਾ, ਜੱਸੀ ਸੂਹੀ ਵਾਲਾ ਤੋਂ ਵੀ ਕਰਾਤਾ ਜੀ, ਸਰਪੰਚਾਂ ਤੋਂ ਵੀ ਕਰਾਤਾ ਜੀ, ਕੋਈ ਗੱਲਬਾਤ ਨਹੀਂ ਹੋਈ। ਅਸੀਂ 2 ਮਿੰਟ ਉੱਧਰ ਮੌਕੇ 'ਤੇ ਪਹੁੰਚ ਗਏ, 2 ਮਿੰਟ ਪਹਿਲਾਂ ਉੱਧਰ ਤੋਂ ਨਿਕਲ ਗਏ, ਜੇ ਸਾਨੂੰ ਕੋਈ ਟੱਕਰ ਜਾਂਦਾ ਅਸੀਂ ਜਾਣਾ ਮਾਰਨੇ ਸੀ ਜੀ। ਹੁਣ ਵੀ ਜੇ ਸਾਨੂੰ ਕੋਈ ਚੋਰ ਕਿਤੇ ਟੱਕਰ ਕੇ ਛੱਡਣਾ ਨਹੀਂ ਹੈਗਾ।